आओ सारिया सिख संतां फतेह दी सांझ गुरु फतेह विच पाईए। बुलंद आवाज दे नाल आखो जी वाहेगुरु जी का खालसा वाहेगुरु जी की फतेह। सारिया सिख संतां नूं पता है कि साहिब श्री गुरु नानक देव पातशाह जी महाराज तिन्हां दा 550 साल दा प्रकाश पुरब मनाया जा रहा है। आओ संगत जी असीं भी एक कोशिश कर रहे हाँ कि हजूर धन गुरु नानक देव पातशाह जी महाराज उन्हां दी उस्तत दे विच एक कविता असीं आप जी दी खिदमत दे विच पेश करन जा रहे हाँ। ਇਹ ਕਵਿਤਾ ਗਿਆਨੀ ਗੁਰਚਰਨ ਸਿੰਘ ਜੀ ਚੰਨ ਮਧੂ ਸ਼ੰਗਾ ਸਾਹਿਬ ਪੰਜਾਬੀ ਦੇ ਮਹਾਨ ਰਾਈਟਰ ਉਹਨਾਂ ਦੀ ਲਿਖੀ ਹੋਈ ਹੈ। ਆਓ ਤਵੱਜੋ ਦੇਣਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਮਦਰੱਸੇ ਦੇ ਵਿੱਚ ਪੜ੍ਹਨ ਦੇ ਵਾਸਤੇ ਭੇਜਿਆ ਗਿਆ। ਪਾਂਧੇ ਨੇ ਕੁਝ ਸਵਾਲ ਜਵਾਬ ਕੀਤੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਕੁਝ ਵਿਚਾਰ ਵਟਾਂਦਰਾ ਹੋਇਆ। ਪਿਤਾ ਕਲਿਆਣ ਜੀ ਨੂੰ ਪਾਂਧੇ ਨੇ ਆਖਿਆ ਕਿ ਆਪ ਜੀ ਦਾ ਜਿਹੜਾ ਪੁੱਤਰ ਹੈ ਇਹ ਤੁਰ ਦਰਗਾਹ ਤੋਂ ਪਰਮਾਤਮਾ ਦੇ ਘਰ ਦੇ ਵਿੱਚੋਂ ਪੜ੍ਹਿਆ ਪੜਾਇਆ ਆਇਆ ਹੈ, ਮੇਰੇ ਵਿੱਚ ਕੋਈ ਏਡੀ ਸਮਰੱਥਾ ਨਹੀਂ ਕਿ ਮੈਂ ਇਹਨਾਂ ਨੂੰ ਪੜ੍ਹਾ ਸਕਾਂ। ਪਿਤਾ ਕਾਲੂ ਜੀ ਨੂੰ ਲੱਗਿਆ ਕਿ ਸ਼ਾਇਦ ਨਾਨਕ ਨੇ ਕੋਈ ਸ਼ਰਾਰਤ ਕੀਤੀ ਹੋਵੇਗੀ, ਤਾਂ ਕਰਕੇ ਪਾਉਂਦਾ ਹੈ ਉਹ ਇਨਕਾਰ ਕਰ ਰਿਹਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਨੂੰ ਲੈ ਕੇ ਇਹ ਆਪਣੇ ਘਰੇ ਆ ਚੁੱਕੇ ਨੇ। ਕਹਿੰਦੇ ਇੱਕ ਦਿਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਘਰ ਦੇ ਵਿੱਚ ਬੈਠੇ ਹੋਏ ਸਨ। ਪਿਤਾ ਮਹਿਤਾ ਕਾਲੂ ਜੀ ਨੇ ਆਖਿਆ, ਨਾਨਕ ਤੇਰੇ ਜਿਹੜੇ ਬਾਕੀ ਹਾਣੀ ਹੈ ਉਹ ਵੱਖ ਵੱਖ ਕੰਮ ਕਾਜ ਕਰਿਆ ਕਰਦੇ ਹੈ। ਨਾਨਕ ਵਿਹਲਿਆਂ ਦੇ ਕਦੇ ਝੱਟ ਨਹੀਂ ਲੰਘਿਆ ਕਰਦੇ, ਤੂੰ ਵੀ ਕੋਈ ਕੰਮ ਕਾਜ ਕਰ ਲਿਆ ਕਰ। ਆਪਣਾ ਕੰਮ ਕਰਨ ਵਾਲਾ ਕੰਮ ਆ, ਆਪਣਾ ਚਰਵਾਹਾ ਹੈ ਜਿਹੜਾ ਉਹ ਅੱਜ ਆਇਆ ਨਹੀਂ ਹੈ, ਇਸ ਤਰ੍ਹਾਂ ਕਰ ਆ ਜਿਹੜੀਆਂ ਘਰ ਦੇ ਵਿੱਚ ਮੱਝਾਂ ਬੱਝੀਆਂ ਹੋਈਆਂ ਨੇ ਇਹਨਾਂ ਨੂੰ ਖੋਲ ਕੇ ਲੈ ਜਾ, ਇਹਨਾਂ ਨੂੰ ਚਾਰ ਕੇ ਲੈ ਕੇ ਆ। ਪਿਤਾ ਜੀ ਦਾ ਵਚਨ ਸੁਣ ਕੇ, ਸੱਤ ਵਚਨ ਕਹਿ ਕੇ, ਮੱਝਾਂ ਦੇ ਪਿੰਡਾਂ ਦੇ ਉੱਤੇ ਥਾਪੀਆਂ ਮਾਰ ਕੇ, ਕਿੱਲਿਆਂ ਦੇ ਨਾਲ ਖੋਲ ਕੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਚਰਾਉਣ ਦੇ ਵਾਸਤੇ ਲੈ ਕੇ ਇਉਂ ਜਾ ਰਹੇ ਨੇ। ਸਤ ਕਰ ਤਾਰ ਮੁਖੀ ਚੋਇਆ ਚਾਰ ਕੇ ਮੱਝੀਆਂ ਦੇ ਪਿੰਡੇ ਉੱਤੇ ਥਾਪੀ ਮਾਰ ਕੇ, ਮੱਝੀਆਂ ਦੇ ਪਿੰਡੇ ਉੱਤੇ ਥਾਪੀ ਮਾਰ ਕੇ ਖੋਲ ਲਈਆਂ ਕਿੱਲਿਆਂ ਦੇ ਨਾਲੋ ਬੱਜੀਆਂ, ਵੇਖੋ ਮਾਹੀ ਚੁੱਲਿਆ ਚ ਰੋਣ ਮੱਝੀਆਂ, ਵੇਖੋ ਮਾਹੀ ਚੁੱਲਿਆ ਚ ਰੋਣ ਮੱਝੀਆਂ। ਵੇਖੋ ਮਾਹੀ ਚੁੱਲਿਆ ਤੇ ਰੋਣ ਮੱਝੀਆਂ, ਵੇਖੋ ਮਾਹੀ ਚੁੱਲਿਆ
ਮੜਕਣਾ ਤੁਰਨ ਹੁੰਡੇ ਸਿੰਘਾਂ ਵਾਲੀਆਂ, ਮੜਕਣਾ ਤੁਰਨ ਹੁੰਡੇ ਸਿੰਘਾਂ ਵਾਲੀਆਂ, ਉਹ ਪ੍ਰੇਮ ਦੀਆਂ ਖਾਕੀਆਂ ਗਰਾਈਆਂ ਰੱਜੀਆਂ, ਵੇਖੋ ਮਾਹੀ ਚੱਲੀਆਂ ਚਿਰੋਂ ਮੱਚੀਆਂ, ਪ੍ਰੇਮ ਦੀਆਂ ਖਾਕੇ ਉਹ ਗਰਾਈਆਂ ਰੱਜੀਆਂ, ਵੇਖੋ ਮਾਹੀ ਚੱਲੀਆਂ ਚਿਰੋਂ ਮੱਚੀਆਂ, ਵੇਖੋ ਮਾਹੀ ਚੱਲੀਆਂ ਚਿਰੋਂ ਮੱਚੀਆਂ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।